सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। 2020 तक जिला लुधियाना 1839 सैंपल जिहड़े हैंगे ओह कलैक्ट कीते गए ने। 1839 सैंपलों विच्चों 1505 सैंपलों की रिपोर्ट जिहड़ी हैगी ओह सानूं प्राप्त हो चुकी है, जिहदे विच्चों 1484 सैंपल जिहड़े हैंगे ओह नैगेटिव आए ने। 21 सैंपल जिहड़े हैंगे ओह पॉजिटिव आए ने, जिहदे विच्चों 18 सैंपल जिला लुधियाना नाल संबंधित ने ते 3 सैंपल जिहड़े हैंगे ओह बाहरले जिलियां नाल संबंधित ने। ਅਤੇ 21 ਵਿੱਚੋਂ ਹੁਣ ਤੱਕ 7 ਜਿਹੜੇ ਪੇਸ਼ੈਂਟ ਸੀਗੇ ਉਹ ਆਪਣਾ ਇਲਾਜ ਕਰਾ ਕੇ ਜਾ ਚੁੱਕੇ ਨੇ। 6 ਜਿਹੜੇ ਹੈਗੇ ਉਹਨਾਂ ਵਿੱਚੋਂ ਜਿਹੜਾ ਲੁਧਿਆਣਾ ਨਾਲ ਸੰਬੰਧਿਤ ਨੇ ਅਤੇ 1 ਜਿਹੜਾ ਹੈਗਾ ਉਹ ਬਾਹਰਲੇ ਡਿਸਟ੍ਰਿਕਟ ਨਾਲ ਸੰਬੰਧਿਤ ਹੈ। ਕੁੱਲ ਮਿਲਾ ਕੇ ਹੁਣ ਤੱਕ 5 ਡੈਥ ਜਿਹੜੀਆਂ ਹੈਗੀਆਂ ਉਹ ਰਿਪੋਰਟ ਹੋਈਆਂ ਨੇ, 4 ਜਿਹਨਾਂ ਵਿੱਚੋਂ ਲੁਧਿਆਣਾ ਦੀ ਅਤੇ 1 ਬਾਹਰਲੇ ਡਿਸਟ੍ਰਿਕਟ ਦੀ ਹੈਗੀ। ਅਤੇ ਹੁਣ ਇਸ ਵੇਲੇ ਜਿਹੜਾ ਲੁਧਿਆਣਾ ਦੇ ਵਿੱਚ 9 ਕੇਸ ਜਿਹੜੇ ਹੈਗੇ ਉਹ ਐਕਟਿਵ ਹੈਗੇ, ਜਿਹਦੇ ਵਿੱਚੋਂ 8 ਜਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਪੇਸ਼ੈਂਟ ਅਤੇ 1 ਪੇਸ਼ੈਂਟ ਜਿਹੜਾ ਹੈਗਾ ਉਹ ਬਾਹਰਲੇ ਡਿਸਟ੍ਰਿਕਟ ਦਾ ਹੈਗਾ। ਜਿਹੜੀ ਅਸੀਂ ਦੱਸ ਰਹੇ ਸੀਗੇ ਕੱਲ੍ਹ ਕਿ ਨਾਂਦੇੜ ਤੋਂ ਪਹਿਲਾਂ ਬੱਸਾਂ ਆਈਆਂ ਸੀਗੀਆਂ, ਅੱਜ ਇਸੇ ਤਰੀਕੇ ਨਾਲ ਕੋਟਾ ਤੋਂ ਕੁਝ ਬੱਚੇ ਜਿਹੜੇ ਹੈਗੇ ਜਿਹੜੇ ਲੁਧਿਆਣਾ ਦੇ ਹੈਗੇ ਜੋ ਕਿ ਕੋਟਾ ਵਿੱਚ ਪੜ੍ਹਦੇ ਸੀਗੇ, ਪੰਜਾਬ ਸਰਕਾਰ ਵੱਲੋਂ ਉਹਨਾਂ ਬੱਚਿਆਂ ਨੂੰ ਬੱਸਾਂ ਪ੍ਰੋਵਾਈਡ ਕਰਾ ਕੇ ਉਹਨਾਂ ਬੱਚਿਆਂ ਨੂੰ ਇੱਥੇ ਵਾਪਸ ਬੁਲਾਇਆ ਗਿਆ। 26 ਬੱਚੇ ਜਿਹੜੇ ਹੈਗੇ ਅੱਜ ਕੋਟਾ ਤੋਂ ਲੁਧਿਆਣਾ ਪਹੁੰਚ ਰਹੇ ਨੇ, ਜਿਨ੍ਹਾਂ ਦੀ ਹੈਲਥ ਪ੍ਰੋਟੋਕੋਲ ਦੇ ਮੁਤਾਬਿਕ ਅਸੀਂ ਟੈਸਟਿੰਗ ਕਰਾਂਗੇ ਸਕਰੀਨਿੰਗ ਕਰਨ ਤੋਂ ਬਾਅਦ, ਔਰ ਫਿਰ ਬੱਚਿਆਂ ਦੇ ਸਿੰਪਟਮਸ ਵਗੈਰਾ ਦੇਖਣ ਤੋਂ ਬਾਅਦ ਹੈਲਥ ਪ੍ਰੋਟੋਕੋਲ ਦੇ ਮੁਤਾਬਿਕ ਉਹਨਾਂ ਨੂੰ ਜ਼ਿਆਦਾ ਹੋਣ ਕੁਆਰੰਟੀਨ ਕਰਾਂਗੇ, ਜਾਂ ਕਿਸੇ ਬੱਚੇ ਦੇ ਸਿੰਪਟਮਸ ਵਗੈਰਾ ਹੁੰਦੇ ਨੇ ਤਾਂ ਉਹਨਾਂ ਦੀ ਟੈਸਟਿੰਗ ਵਗੈਰਾ ਜੋ ਵੀ ਪ੍ਰੋਟੋਕੋਲ ਹੁੰਦਾ ਉਹਦੇ ਮੁਤਾਬਿਕ ਕੀਤੀ ਜਾਵੇ। ਅੱਜ ਇੱਕ ਪੰਜਾਬ ਪੁਲਿਸ ਵੱਲੋਂ ਇੱਕ ਨਿਵੇਕਲੀ ਮੁਹਿੰਮ ਜਿਹੜੀ ਹੈਗੀ ਉਹ ਚਾਲੂ ਕੀਤੀ ਗਈ ਹੈਗੀ ਕਿ ਜਿਹੜੇ ਆਪਣੇ ਸਬ ਇੰਸਪੈਕਟਰ ਸੀਗੇ ਪਟਿਆਲਾ ਦੇ ਵਿੱਚ, ਜਿਨ੍ਹਾਂ ਦਾ ਇੱਕ ਜੋ ਸਬਜ਼ੀ ਮੰਡੀ ਉੱਤੇ ਇੰਸੀਡੈਂਸ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਦਾ ਹੱਥ ਕੱਟ ਗਿਆ ਸੀਗਾ, ਹਰਜੀਤ ਸਿੰਘ SI ਸੀਗੇ। ਅੱਜ ਪੰਜਾਬ ਪੁਲਿਸ ਵੱਲੋਂ ਇੱਕ ਬਹੁਤ ਵਧੀਆ ਨਿਵੇਕਲੀ ਮੁਹਿੰਮ ਜਿਹੜੀ ਹੈਗੀ ਉਹ ਚਾਲੂ ਕੀਤੀ ਗਈ ਹੈ। ਮੈਂ ਵੀ ਹਰਜੀਤ ਸਿੰਘ ਦੇ ਨਾਂ 'ਤੇ ਅਸੀਂ ਉਸ ਮੁਹਿੰਮ ਦਾ ਸਪੋਰਟ ਕਰਦੇ ਹਾਂ ਅਤੇ ਉਸਦਾ ਪਾਰਟ ਬਣ ਰਹੇ ਹਾਂ। ਅਤੇ ਮੈਂ ਹਰ ਇੱਕ ਆਪਣਾ ਮੁਲਾਜ਼ਮ ਜੋ ਵੀ ਹੈਗਾ ਇਸ ਫਾਈਟ ਦੇ ਵਿੱਚ ਲੜ ਰਿਹਾ ਹੈਗਾ ਕੋਵਿਡ ਦੇ ਅੰਗੇ, ਹਰ ਇੱਕ ਫਰੰਟ ਵਰਕਰ ਜਿਹੜਾ ਹੈਗਾ ਭਾਵੇਂ ਉਹ ਹੈਲਥ ਡਿਪਾਰਟਮੈਂਟ ਤੋਂ ਹੋਵੇ, ਸੈਨੀਟੇਸ਼ਨ ਤੋਂ ਹੋਵੇ, ਪੁਲਿਸ ਤੋਂ ਹੋਵੇ ਅਤੇ ਹੋਰ ਵੀ ਬਹੁਤ ਸਾਰੇ ਮਹਿਕਮੇ ਹੈਗੇ ਜਿਹੜੇ ਕਿ ਇਸ ਮੁਹਿੰਮ ਦੇ ਵਿੱਚ ਸਰਕਾਰ ਦਾ ਹਿੱਸਾ ਬਣੇ ਹੋਏ ਨੇ, ਉਹਨਾਂ ਸਾਰਿਆਂ ਨੂੰ ਐਸ਼ੋਰੈਂਸ ਦਿੰਦਾ ਕਿ ਅਸੀਂ ਸਾਰੇ ਦੇ ਸਾਰੇ ਤੁਹਾਡੇ ਨਾਲ ਹਾਂ ਔਰ ਤੁਹਾਡੀ ਇਸ ਫਾਈਟ ਦੇ ਵਿੱਚ ਜਿਹੜੀ ਤੁਸੀਂ ਸਾਡੀ ਮਦਦ ਕਰ ਰਹੇ ਹੋ ਅਸੀਂ ਵੀ ਤੁਹਾਡੀ ਹਰ ਇੱਕ ਤਰੀਕੇ ਦੀ ਮਦਦ ਜਿਹੜੀ ਹੈਗੀ ਉਹ ਇੰਸ਼ੋਰ ਕਰਾਂਗੇ, ਐਸ਼ੋਰ ਕਰਾਂਗੇ। ਇਸ ਤੋਂ ਇਲਾਵਾ ਅੱਜ ਮੈਂ ਇੱਥੇ ਇਸ ਵੇਲੇ ਮੈਰੀਟੋਰੀਅਸ ਸਕੂਲ ਜਿਹੜਾ ਲੁਧਿਆਣੇ ਵਿੱਚ ਬਣਿਆ ਹੋਇਆ ਹੈ ਉੱਥੇ ਵੀ ਆਇਆ ਹੋਇਆ, ਜਿੱਥੇ ਕਿ ਅਸੀਂ ਇੱਕ ਕੋਵਿਡ ਦੇ ਵਾਸਤੇ ਜਿਹੜੀ ਫੈਸਿਲਿਟੀ ਤਿਆਰ ਕਰਨੀ ਸੀਗੀ ਉਹ ਅਸੀਂ ਆਈਸੋਲੇਸ਼ਨ ਸੈਂਟਰ ਜਿਹੜਾ ਹੈਗਾ ਇੱਥੇ ਬਣਾ ਰਹੇ ਹਾਂ। 700 ਬੈਡਡ ਇੱਕ ਆਈਸੋਲੇਸ਼ਨ ਸੈਂਟਰ ਜਿਹੜਾ ਹੈਗਾ ਇੱਥੇ ਇਸਟੈਬਲਿਸ਼ ਕੀਤਾ ਜਾ ਰਿਹਾ, ਜਿਸ ਨੂੰ ਅਸੀਂ ਅੱਜ ਵਿਜ਼ਿਟ ਕਰਕੇ ਰਿਵਿਊ ਕਰ ਰਹੇ ਹਾਂ ਕਿ ਕਿਸ ਦੀ ਤਿਆਰੀਆਂ ਜਿਹੜੀਆਂ ਹੈਗੀਆਂ ਉੱਥੇ ਹੋ ਚੁੱਕੀਆਂ ਨੇ। ਮੈਂ ਕਾਫੀ ਆਸ਼ਵਸਤ ਹਾਂ ਕਿ ਅਸੀਂ 1 ਮਈ ਦੇ ਨੇੜੇ ਤੇੜੇ ਇਸ ਫੈਸਿਲਿਟੀ ਨੂੰ ਜਿਹੜਾ ਹੈਗਾ ਉਹਨੂੰ ਫੰਕਸ਼ਨ ਕਰ ਦੇਵਾਂਗੇ, ਜਿੱਥੇ ਕਿ 700 ਪੇਸ਼ੈਂਟ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਘੱਟ ਸਿਮਟਮ ਜਿਹੜੇ ਹੁੰਦੇ ਨੇ, ਲੈਵਲ 3 ਦੀ ਇਹ ਫੈਸਿਲਿਟੀ ਹੋਊਗੀ, ਜਿੱਥੇ ਕਿ ਜਿਹੜੇ ਬੰਦੇ ਪੋਜ਼ਿਟਿਵ ਪਾਏ ਜਾਂਦੇ ਨੇ ਜਾਂ ਫਿਰ ਕੁਝ ਸਸਪੈਕਟਡ ਕੇਸਿਸ ਹੁੰਦੇ ਨੇ ਉਹਨਾਂ ਨੂੰ ਇੱਥੇ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਦੀ ਫੈਸਿਲਿਟੀ ਜਦ ਇੱਕ ਵਾਰ ਇਹ ਫੇਜ਼ 1 ਦੇ ਵਿੱਚ ਇਹ ਬਣਾਈ ਜਾਊਗੀ, ਉਸ ਤੋਂ ਬਾਅਦ ਇਸ ਫੈਸਿਲਿਟੀ ਨੂੰ ਤਿਆਰ ਕਰਨ ਤੋਂ ਬਾਅਦ ਇਸੀ ਤਰ੍ਹਾਂ ਦੀ ਫੈਸਿਲਿਟੀਆਂ ਜਿਹੜੀਆਂ ਕਿ ਅਸੀਂ ਹੋਰ ਵੀ ਪਲਾਨ ਕੀਤੀਆਂ ਹੈਗੀਆਂ, PAU ਦੇ ਵਿੱਚ ਵੀ ਪਲਾਨ ਕੀਤੀ ਹੈਗੀ, ਇੱਕ ਕਿਸ਼ਨਗੜ੍ਹ ਕਰਕੇ ਪਿੰਡ ਹੈਗਾ ਉੱਥੇ ਅਸੀਂ ਤਿਆਰ ਕੀਤੀ ਹੈਗੀ, ਅਤੇ ਇਸੀ ਤਰੀਕੇ ਨਾਲ ਇੱਕ ਰਾਏਕੋਟ ਦੇ ਵਿੱਚ ਵੀ ਇੱਕ ਫੈਸਿਲਿਟੀ ਅਸੀਂ ਆਈਡੈਂਟੀਫਾਈ ਕੀਤੀ ਹੈ, ਜਿਸ ਨੂੰ ਕਿ ਵੱਖ ਵੱਖ ਫੇਜ਼ਾਂ ਦੇ ਵਿੱਚ ਤਿਆਰ ਕੀਤਾ ਜਾਵੇਗਾ, ਜਿਸ ਨੂੰ ਕਿ ਹਰ ਇੱਕ ਪੇਸ਼ੈਂਟ ਜਿਹੜਾ ਵੀ ਕੋਵਿਡ ਦਾ ਹੋਵੇਗਾ ਉਸਦਾ ਪ੍ਰੋਪਰ ਇਲਾਜ ਕੀਤਾ ਜਾ ਸਕੇ, ਉਸਨੂੰ ਇੱਥੇ ਰੱਖਿਆ ਜਾ ਸਕੇ।